ਚੱਲ ਰਹੇ ਆ ਅੰਤਲੇ ਦਿਨਾਂ ਤੋਂ ਮੈਂ ਇਸ ਲਈ ਅੰਤਲੇ ਦਿਨ ਇਹਨਾਂ ਸਮਿਆਂ ਨੂੰ ਕਹਿ ਰਹੀ ਆ ਐਕਚੁਅਲ ਦੇ ਵਿੱਚ ਸਭ ਹੀ ਇਹਨੂੰ ਅੰਤਲਾ ਅੰਤਲਾ ਸਮਾਂ ਕਹਿ ਰਹੇ ਤੁਸੀਂ ਜੋ ਵੀ ਚੀਜ਼ਾਂ ਸੁਣ ਰਹੇ ਆ ਚਾਰ ਚੁਫੇਰੇ ਉਹ ਸਭ ਕੀ ਹੋ ਰਿਹਾ ਆ ਐਂਡ ਡੇਸ ਦੀਆਂ ਸਾਰੇ ਸਾਈਨ ਪੂਰੇ ਹੋ ਰਿਹਾ ਅਰ ਮੇਰੇ ਇੱਕ ਚੀਜ਼ ਮੇਰੇ ਮਾਈਂਡ ਦੇ ਵਿੱਚ ਸੀ ਕਿ ਜੇ ਇੱਕ ਤੁਸੀਂ ਨੋਟ ਕੀਤਾ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਜਨਵਰੀ ਦੇ ਵਿੱਚ ਤੁਹਾਨੂੰ ਇੱਕ ਪ੍ਰੈਡਿਕਸ਼ਨ ਦਿੱਤੀ ਗਈ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਸਮੁੰਦਰ ਉੱਤੇ ਨਜ਼ਰ ਰੱਖਿਓ ਸਮੁੰਦਰ ਦੇ ਰਾਹੀਂ ਕੁਝ ਨਵਾਂ ਸ਼ੁਰੂ ਹੋਏਗਾ ਅਗਰ ਤੁਹਾਨੂੰ ਯਾਦ ਹੋਏ ਤਾਂ ਫਿਰ ਤੁਹਾਨੂੰ ਸਾਰਾ ਕੁਝ ਯਾਦ ਆ ਜਾਏਗਾ ਅਰ ਕੀ ਹੋਏਗਾ ਸਮੁੰਦਰ ਵਿੱਚ ਉਹ ਬਿਲਕੁਲ ਹੀ ਇੱਕ ਵੱਖਰੀ ਗੱਲ ਹੋਊਗੀ ਤਾਂ ਤੁਹਾਨੂੰ ਪੂਰਾ ਯਾਦ ਹੋਊਗਾ ਕਿ ਸਮੁੰਦਰ ਦੇ ਉੱਤੇ ਨਜ਼ਰ ਰੱਖਣ ਦੇ ਲਈ ਜਿਹੜਾ ਸੀ ਕਿਹਾ ਗਿਆ ਸੀ ਅਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਆ ਨਾ ਉਹ ਸਾਡੇ ਦੇਸ਼ ਦਾ ਮੀਡੀਆ ਜਿਹੜਾ ਆ ਉਹ ਨਹੀਂ ਦੇ ਰਿਹਾ ਸੋ ਜਨੂਅਰੀ ਦੇ ਵਿੱਚ ਆਈ ਥਿੰਕ 9th ਜਾਂ 10th ਜਨੂਅਰੀ ਦੇ ਨੀਅਰ ਬਾਈ ਜਿਹੜਾ ਆ ਇਹ ਪ੍ਰੈਡਿਕਸ਼ਨ ਜਿਹੜੀ ਸੀ ਦਿੱਤੀ ਸੀਗੀ ਕਿ ਤੁਸੀਂ ਸਮੁੰਦਰ ਵੱਲ ਨੂੰ ਜਿਹੜੀ ਆ ਨਜ਼ਰ ਰੱਖਣੀ ਆ ਹੋਇਆ ਕੀ ਤੁਸੀਂ ਸਰਚ ਕਰਿਓ ਸਾਡੇ মিডিਆ ਵਾਲੇ ਤਾਂ ਪਤਾ ਨਹੀਂ ਕੀ ਕੁਝ ਦੇ ਰਹੇ ਆ ਉਹ ਉਸ ਮੇਨ ਚੀਜ਼ ਦੇ ਉੱਤੇ ਤਾਂ ਜਾਣਦੇ ਹੀ ਨਹੀਂ ਆ ਹੋਥੀ ਨਾਮ ਦਾ ਇੱਕ ਦੇਸ਼ ਆ ਜਿਨ੍ਹਾਂ ਨੇ ਅੰਡਰ ਸੀ ਜਿਹੜੀ ਇੰਟਰਨੈਟ ਮੇਨ ਵਾਇਰ ਜਿਹੜੀ ਇੰਟਰਨੈਟ ਦੀ ਆ ਉਹ ਬਹੁਤ ਵੱਡੀ ਆ ਜਿਹਦੀਆਂ ਚਾਰ ਵਾਇਰਸ ਜਿਹੜੀਆਂ ਆ ਉਹਨਾਂ ਨੂੰ ਜਿਹੜਾ ਆ ਖਰਾਬ ਕਰ ਦਿੱਤਾ ਆ ਉਹਨਾਂ ਨੂੰ ਪ੍ਰੋਬਲਮ ਕਰ ਦਿੱਤੀ ਚਾਰ ਵਾਇਰਸ ਨੂੰ ਇੰਟਰਨੈਟ ਦੀਆਂ ਅਰ ਉਹ ਏਸ਼ੀਆ ਦੀਆਂ ਬਹੁਤ ਸਾਰੀਆਂ ਕੰਟਰੀਜ਼ ਉਹਦਾ ਕਰਕੇ ਇੰਟਰਨੈਟ ਜਿਹੜਾ ਆ ਉਹ ਪ੍ਰਭਾਵਿਤ ਹੋ ਰਿਹਾ ਅਰ ਤੁਹਾਨੂੰ ਯਾਦ ਹੋਏਗਾ ਕਿ ਇਹ ਵੀ ਦੱਸਿਆ ਗਿਆ ਸੀਗਾ ਇੰਟਰਨੈਟ ਪ੍ਰਭਾਵਿਤ ਹੋਏਗਾ ਅਰੇ ਤੁਹਾਨੂੰ ਇਸ ਮਹੀਨੇ ਦੇ ਵੀ ਫਰਸਟ ਵੀਕ ਦੇ ਵਿੱਚ ਦੱਸਿਆ ਗਿਆ ਸੀ ਕਿ ਇੰਟਰਨੈਟ ਵੀ ਪ੍ਰਭਾਵਿਤ ਹੋਏਗਾ ਅਜੇ ਤਾਂ ਇੰਟਰਨੈਟ ਦੀ ਗੱਲ ਹੋਈ ਆ ਸੋ ਹੋਇਆ ਵੀ ਸਮੁੰਦਰ ਦੇ ਰਹੀਆਂ ਤੁਸੀਂ ਜਰੂਰ ਇਹਨੂੰ ਸਰਚ ਕਰਿਓ 4 wires ਜਿਹੜੀਆਂ ਆ ਇਹ ਵੈਸੇ ਮੇਰੇ ਖਿਆਲ ਦੇ ਵਿੱਚ ਟਾਈਮਜ਼ ਆਫ ਇੰਡੀਆ ਇੰਗਲਿਸ਼ ਚੈਨਲ ਜਿਹੜਾ ਆ YouTube ਦੇ ਉੱਤੇ ਆਈ ਥਿੰਕ ਉਹਦੇ ਉੱਤੇ ਵੀ ਹੋਏਗਾ ਤੇ ਹੋਰ ਬਹੁਤ ਸਾਰੇ ਇੰਗਲਿਸ਼ ਚੈਨਲ ਜਿਹੜੇ ਆ ਇਜ਼ਰਾਈਲ ਨੇ ਇਸ ਚੀਜ਼ ਨੂੰ ਕਨਫਰਮ ਕਰ ਦਿੱਤਾ ਕਿ ਯੈਸ ਜਿਹੜੀਆਂ ਫੂਲ ਜਿਹੜੀਆਂ ਕੇਬਲਜ਼ ਆ ਇੰਟਰਨੈਟ ਦੀਆਂ ਜਿਹੜੀਆਂ ਏਸ਼ੀਆ ਨੂੰ ਇੰਟਰਨੈਟ ਸਪਲਾਈ ਕਰਦੀਆਂ ਆ ਉਥੇ ਹੀ ਕੰਟਰੀ ਨੇ ਜਿਹੜਾ ਆ ਉਹ ਇਨਾਂ ਵਾਇਰਸ ਨੂੰ ਜਿਹੜਾ ਆ ਉਹ ਖਤਮ ਕੀਤਾ ਆ ਚਾਰ ਵਾਇਰਸ ਨੂੰ ਔਰ ਇਹਨਾਂ ਦੀ ਰਿਪੇਅਰ ਇੰਨੀ ਈਜ਼ੀ ਨਹੀਂ ਆ ਬਹੁਤ ਜ਼ਿਆਦਾ ਰਿਸਕੀ ਕੰਮ ਆ ਇਹਨਾਂ ਨੂੰ ਰਿਪੇਅਰ ਕਰਨਾ ਬਹੁਤ ਜ਼ਿਆਦਾ ਰਿਸਕੀ ਆ ਇਹ ਸਭ ਸਾਈਨ ਤੁਸੀਂ ਇਹ ਦੇਖੋ ਇਸ ਇਹ ਇਹਨਾਂ ਵਾਇਰਸ ਦੇ ਨਾਲ ਇੰਡੀਆ ਵੀ ਇਫੈਕਟਡ ਆ ਇਹਨਾਂ ਵਾਇਰਸ ਦੇ ਨਾਲ ਅ ਇਜ਼ਰਾਈਲ ਨੂੰ ਵੀ ਨੁਕਸਾਨ ਆ ਈਵਨ ਚਾਈਨਾ ਨੂੰ ਵੀ ਨੁਕਸਾਨ ਆ ਬਹੁਤ ਸਾਰੀਆਂ ਕੰਟਰੀਜ਼ ਈਵਨ ਪਾਕਿਸਤਾਨ ਨੂੰ ਵੀ ਨੁਕਸਾਨ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਹਨਾਂ ਇਸ ਇੰਟਰਨੈਟ ਦਾ ਕਰਕੇ ਇਹਨਾਂ ਦਿਨਾਂ ਦੇ ਵਿੱਚ ਉਹਨੇ ਪਹਿਲਾਂ ਵਾਰਨਿੰਗ ਵੀ ਦਿੱਤੀ ਸੀਗੀ ਕਿ ਮੈਂ ਕੁਝ ਇਹੋ ਜਿਹਾ ਕਰੂੰਗਾ ਜਿਹਦੇ ਨਾਲ ਪੂਰੇ ਏਸ਼ੀਆ ਨੂੰ ਮੈਂ ਡਿਸਟਰਬ ਕਰ ਸਕਦਾ ਹਾਂ ਤਾਂ ਚਾਰ ਕਰਨ ਵਾਲਾ ਹੋਰ ਵੀ ਕਰ ਸਕਦਾ ਆ ਪ੍ਰਚਾਰ ਕਰਕੇ ਉਹਨੇ ਦੱਸ ਦਿੱਤਾ ਕਿ ਮੈਂ ਕੁਝ ਕਰ ਸਕਦਾ ਹਾਂ ਰਾਈਟ ਤਾਂ ਮੈਂ ਤੁਹਾਨੂੰ ਮੇਨ ਚੀਜ਼ ਜਿਹੜੀ ਆ ਨਾ ਉਹ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਡੀਅਰ ਇਹ ਐਂਡ ਟਾਈਮ ਦੇ ਸਾਰੇ ਦੇ ਸਾਰੇ ਸਾਈਨ ਜਿਹੜੇ ਆ ਨਾ ਸਟਾਰਟ ਹੋ ਚੁੱਕੇ ਹਨ ਮੈਂ ਇਸ ਚੀਜ਼ ਦੀ ਵੇਟ ਕਰ ਰਹੀ ਸੀ ਕਿ ਜੇ ਇਸ ਦਿਨ ਇਹ ਵਾਲੀ ਪ੍ਰੈਡਿਕਸ਼ਨ ਹੋਏਗੀ ਨਾ ਉਸ ਦਿਨ ਤੋਂ ਮੈਂ ਐਕਚੁਅਲ ਦੇ ਵਿੱਚ ਜਿਹੜੀ ਟੀਚਿੰਗ ਆ ਨਾ ਉਧਰ ਨੂੰ ਆਉਂਗੀ ਅਰ ਤੁਸੀਂ ਹੁਣ ਦੇਖੋਗੇ ਕਿ ਅਪਕਮਿੰਗ 6 ਮੰਥਸ ਜਿਹੜਿਆਂ ਨੂੰ ਬਹੁਤ ਕ੍ਰਿਟੀਕਲ ਸੱਚੀ ਆਉਣ ਵਾਲੇ 6 ਮਹੀਨੇ ਰੀਅਲੀ ਕ੍ਰਿਟੀਕਲ ਪਿਛਲੇ ਦਿਨਾਂ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਜਾਂਦੇ ਆ ਤੇ ਤੁਸੀਂ ਜ਼ਰੂਰ ਉਹਨਾਂ ਦੇ ਲਈ ਪ੍ਰੇਅਰ ਕਰਿਆ ਕਰੋ ਅਰ ਤੁਸੀਂ ਜ਼ਰੂਰੀ ਆ ਕਿ ਤੁਸੀਂ ਆਪ ਵੀ ਘਰੋਂ ਜਾਂਦੇ ਆ ਤੇ ਤੁਸੀਂ ਜ਼ਰੂਰ ਪ੍ਰੇਅਰ ਕਰਿਆ ਕਰੋ ਤੁਸੀਂ ਸਰਚ ਕਰਕੇ ਦੇਖੋ ਤੁਹਾਨੂੰ ਜੰਮਣ ਦੀਆਂ ਖਬਰਾਂ ਕਿੰਨੀਆਂ ਮਿਲ ਰਹੀਆਂ ਤੇ ਮੌਤ ਦੀਆਂ ਕਿੰਨੀਆਂ ਮਿਲ ਰਹੀਆਂ ਖੁਸ਼ੀ ਦੀਆਂ ਖਬਰਾਂ ਤੁਹਾਨੂੰ ਕਿੰਨੀਆਂ ਮਿਲ ਰਹੀਆਂ ਆ ਤੇ ਗਮੀ ਦੀਆਂ ਤੁਹਾਨੂੰ ਕਿੰਨੀਆਂ ਮਿਲ ਰਹੀਆਂ ਜਦ ਤੁਸੀਂ ਸਰਚ ਕਰੋਗੇ ਨਾ ਤੇ 10 ਪਿੱਛੇ 7 ਖਬਰਾਂ ਅਫਸੋਸ ਦੀਆਂ ਮਿਲ ਰਹੀਆਂ ਆ ਗਮ ਦੀਆਂ ਮਿਲ ਰਹੀਆਂ ਮੌਤ ਦੀਆਂ ਮਿਲ ਰਹੀਆਂ ਸਿਰਫ 10 ਪਿੱਛੇ 3 ਖਬਰਾਂ ਖੁਸ਼ੀ ਦੀਆਂ ਆ ਰਹੀਆਂ ਐ ਇੰਨੀ ਜ਼ਿਆਦਾ ਮੌਤ ਦੀ ਗਿਣਤੀ ਜਿਹੜੀ ਆ ਨਾ ਵੱਧ ਚੁੱਕੀ ਔਰ ਸਾਡਾ মিডিਆ ਨਹੀਂ ਦੱਸ ਰਿਹਾ ਬਹੁਤ ਚੀਜ਼ਾਂ ਨਹੀਂ ਦੱਸ ਰਿਹਾ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਰਫਾ ਦਫਾ ਹੀ ਕਰ ਦਿੱਤੇ ਜਾਂਦੇ ਆ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਰਫਾ ਦਫਾ ਕਰ ਦਿੱਤੇ ਜਾਂਦੇ ਕਿ ਤੁਸੀਂ ਕਿਸੇ ਕਰਾਊਡ ਦੇ ਵਿੱਚ ਪਲੀਜ਼ ਵਚਨ ਦੇ ਵਿੱਚ ਜਿੱਦਾਂ ਲਿਖਿਆ ਨਾ ਕਹਿੰਦਾ ਜਿਹਦੇ ਕੰਨ ਨੇ ਆ ਉਹ ਸੁਣੇ ਕਿ ਆਤਮਾ ਕਲੀਸਿਆ ਨੂੰ ਕੀ ਕਹਿੰਦਾ ਆ ਤਾਂ ਬਹੁਤ ਸਾਰੇ ਲੋਕ ਜਦੋਂ ਕਿਸੇ ਕਰਾਊਡ ਦੇ ਵਿੱਚ ਜਾਂਦੇ ਆ ਸੱਚੀ ਉਹ ਕਰ ਦਿੱਤੇ ਜਾਂਦੇ ਆ ਤੁਸੀਂ ਸਮਝ ਸਕਦੇ ਆ ਐਕਚੁਅਲ ਦੇ ਵਿੱਚ YouTube ਨੇ ਫਿਲਟਰ ਲਗਾਏ ਹੋਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਅਗਰ ਉਹ ਵਰਡਸ ਬੋਲੇ ਤੇ ਨਾਲ ਦੀ ਨਾਲ ਹੀ ਜਿਹੜਾ ਆ ਨਾ ਉਹ ਇਸ ਚੈਨਲ ਦੇ ਉੱਤੇ ਉਹਨਾਂ ਦੀ ਫੋਕਸ ਆ ਜਾਂਦਾ ਤੁਸੀਂ ਦੇਖਿਓ ਇਹ ਚੈਨਲ 2000 ਜਿਹੜਾ ਸੀਗਾ ਮੈਂਬਰਸ ਨੂੰ ਕ੍ਰੋਸ ਕਰ ਰਿਹਾ ਸੀ ਏਵਰੀ ਡੇ ਅਰ ਇਸ ਚੈਨਲ ਦੇ ਉੱਤੇ ਸਚਾਈ ਰੋਜ਼ ਬੋਲੇ ਜਾਣ ਦਾ ਕਰਕੇ ਉਹਨਾਂ ਨੇ ਇੰਨਾ ਜ਼ਿਆਦਾ ਇਹਦੇ ਉੱਤੇ ਚੀਜ਼ਾਂ ਦੀਆਂ ਜਿਹੜੀਆਂ ਆ ਨਾ ਉਹ ਬੰਦਨ ਲਾਏ ਕਿ ਇਨੀਆਂ ਚੀਜ਼ਾਂ ਬੈਨ ਕਰ ਦਿੱਤੀਆਂ ਰੋਜ਼ ਈਮੇਲ ਪਾ ਪਾ ਕੇ ਕਿ ਜੇ ਤੁਸੀਂ ਇਦਾਂ ਬੋਲਣਾ ਹੈ ਤੇ ਤੁਹਾਡਾ ਚੈਨਲ ਬੰਦ ਕਰ ਦਾਂਗੇ ਜੇ ਤੁਸੀਂ ਇਦਾਂ ਕਰਨਾ ਤੇ ਤੁਹਾਡਾ ਚੈਨਲ ਜਿਹੜਾ ਹੈ ਬੰਦ ਕਰ ਦਾਂਗੇ ਤਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਨਾ ਉਹ YouTube ਜਿਹੜਾ ਹੈ ਉਹ ਬੈਨ ਕਰਦਾ ਜਿਹਦਾ ਕਰਕੇ ਬਹੁਤ ਸਾਰੀਆਂ ਸੱਚੀਆਂ ਗੱਲਾਂ ਜਿਹੜੀਆਂ ਆ ਨਾ ਉਹ ਸ਼ੇਅਰ ਹੀ ਨਹੀਂ ਕਰ ਹੁੰਦੀਆਂ ਬਹੁਤ ਸਾਰੀਆਂ ਆਉਣ ਵਾਲੇ ਟਾਈਮ ਦੀਆਂ ਪ੍ਰੈਡਿਕਸ਼ਨਸ ਜਿਹੜੀਆਂ ਕਿਉਂਕਿ ਉਹ ਉਹ ਵਰਡਸ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਚ ਉਹਨਾਂ ਨੇ ਕੀ ਕਰਨਾ ਔਰ ਜਦੋਂ ਐਡਵਾਂਸ ਦੇ ਵਿੱਚ ਉਹ ਵਰਡਸ ਨਿਕਲਦੇ ਹੈ ਨਾ ਕਿਸੇ ਚੈਨਲ ਦੇ ਰਹੀ ਤਾਂ ਉਸ ਚੈਨਲ ਨੂੰ ਫੜਿਆ ਜਾਂਦਾ ਹੈ ਉਸੇ ਵੇਲੇ ਉਹ ਜਿਹੜੇ ਵਰਡਸ ਆ ਉਹ ਹਾਈਲਾਈਟ ਹੋ ਜਾਂਦੇ ਉੱਥੇ ਜਿੱਦਾਂ ਇੱਥੇ ਲਾਈਵ ਚੱਲ ਰਿਹਾ ਹੈ ਨਾ ਤਾਂ ਇਹ ਪਤਾ ਨਹੀਂ ਕਿੰਨੇ ਹਜ਼ਾਰ ਥਾਵਾਂ ਦੇ ਉੱਤੇ ਜਿਹੜਾ ਆ ਨਾ ਇਹ ਇਹ ਟਰੇਸ ਹੋ ਰਿਹਾ ਆ ਕਿਤੇ ਕੀ ਕੀ ਵਰਡਸ ਬੋਲੇ ਜਾ ਰਹੇ ਜਿਹੜੇ ਵਰਡਸ ਉੱਤੇ ਉਹਨਾਂ ਨੇ ਫਿਲਟਰ ਲਗਾਇਆ ਨਾ ਉਦੋਂ ਹੀ ਉੱਤੇ ਬੀਪ ਹੋ ਜਾਣਾ ਕਿ ਇੱਥੇ ਆ ਵਰਡ ਬੋਲਿਆ ਗਿਆ ਵਾਪਸ ਉਹਨਾਂ ਨੇ ਉਹ ਸੁਣਨਾ ਹੈ ਕਿ ਕੀ ਬੋਲਿਆ ਗਿਆ ਸੋ ਬੈਕ ਟੂ ਪੁਆਇੰਟ ਕਿ ਵੀ ਆਰ ਇਨ ਲਾਸਟ ਡੇਸ ਇਹਨਾਂ ਦਿਨਾਂ ਦੇ ਵਿੱਚ ਮੌਤ ਦਾ ਨੰਗਾ ਨਾਚ ਹੋ ਰਿਹਾ ਆ ਇਹਨਾਂ ਦਿਨਾਂ ਦੇ ਵਿੱਚ ਮੌਤ ਕੰਮਲੀ ਹੋਈ ਤੁਰੇ ਫਿਰ ਰਹੀ ਹੈ ਕੋਈ ਬਿਮਾਰੀ ਦੇ ਨਾਲ ਮਰ ਰਿਹਾ ਹੈ ਕੋਈ ਐਕਸੀਡੈਂਟ ਦੇ ਨਾਲ ਮਰ ਰਿਹਾ ਹਨ ਤੁਸੀਂ ਤੁਸੀਂ ਦੇਖੋ ਹਰ ਬੰਦਾ ਜਿਹੜਾ ਜਹਾਜ਼ ਤੋਂ ਸਫ਼ਰ ਕਰਕੇ ਦੂਜੇ ਦੇਸ਼ ਵਿੱਚ ਜਾ ਰਿਹਾ ਬਿਮਾਰ ਹੋ ਰਿਹਾ ਹੈ ਹਰ ਬੰਦਾ ਜਿਹੜਾ ਦੂਜੇ ਦੇਸ਼ ਤੋਂ ਸਾਡੇ ਦੇਸ਼ ਦੇ ਵਿੱਚ ਜਹਾਜ਼ ਦੇ ਵਿੱਚ ਆ ਰਿਹਾ ਹਰ ਬੰਦਾ ਬਿਮਾਰ ਹੋ ਰਿਹਾ 3 3 4 4 ਦਿਨ ਜਿਹੜਾ ਆ ਉਹ ਬਿਮਾਰ ਹੋ ਰਿਹਾ ਸਭ ਜਣੇ ਕੋਈ ਕਹਿ ਰਿਹਾ ਜੀ ਮੇਰੀਆਂ ਲੱਤਾਂ ਵਿੱਚ ਸੱਤਿਆ ਨਹੀਂ ਰਹੀ ਕੋਈ ਕਹਿ ਰਿਹਾ ਜੀ ਮੇਰੀਆਂ ਬਾਹਾਂ ਵਿੱਚ ਸੱਤਿਆ ਨਹੀਂ ਰਹੀ ਇਹ ਸਭ ਉਹ ਜਿਹੜੀਆਂ ਛੋਟਾ ਛੋਟਾ ਜਿਹੜਾ ਹੋਇਆ ਨਾ ਸਿਸਟਮ ਇਹ ਸਾਰੇ ਉਹਦੀ ਗਿਫਟ ਮਿਲ ਰਹੀਆਂ ਐ ਅਰੇ ਐਵਰੀ ਸੁੰਡੇ ਇਦਾਂ ਦੀਆਂ ਪ੍ਰੋਬਲਮਸ ਅਸੀਂ ਫੇਸ ਕਰ ਰਹੇ ਆ ਲੋਕਾਂ ਦੇ ਲਾਈਫ ਦੇ ਵਿੱਚ ਜਿਹੜੀਆਂ ਉਹ ਆਣ ਕੇ ਦੱਸਦੇ ਆ ਕਿ ਜਿਨ੍ਹਾਂ ਨੂੰ ਐਕਸਪਲੇਨ ਹੀ ਨਹੀਂ ਕੀਤਾ ਜਾ ਸਕਦਾ ਲੋਕਾਂ ਦੀਆਂ ਮੈਰਿਡ ਲਾਈਫ ਜਿਹੜੀਆਂ ਐ ਨਾ ਉਹ ਡਿਸਟਰਬ ਹੋ ਰਹੀਆਂ ਐ ਸਿਰਫ ਇਸ ਇੱਕ ਚੀਜ਼ ਦਾ ਕਰਕੇ ਅਰੇ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਹੋ ਰਹੀ ਆ ਸਿਰਫ ਉਸ ਸੇ ਵਜ਼ਾ ਦਾ ਕਰਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਉਹਦੇ ਰਿਜ਼ਲਟ ਆਉਣੇ ਬਹੁਤ ਸ਼ੁਰੂ ਹੋ ਗਏ ਬਹੁਤ ਤੇਜ਼ੀ ਨਾਲ ਉਹਦੇ ਜਿਹੜੇ ਰਿਜ਼ਲਟਸ ਹਨ ਉਹ ਆ ਰਹੇ ਆ ਅਰੇ ਸਿਰਫ ਮੈਂ ਕਿੰਨੀ ਤੁਸੀਂ ਪ੍ਰਾਰਥਨਾ ਕਰਦੇ ਰਹੋ ਪ੍ਰਾਰਥਨਾ ਕਰਦੇ ਰਹੋ ਕਿ ਪ੍ਰਭੂ ਵਚਨ ਦੇ ਵਿੱਚ ਲਿਖਿਆ ਜੇ ਕੋਈ ਜ਼ਹਿਰ ਵਾਲੀ ਚੀਜ਼ ਤੇਰੇ ਅੰਦਰ ਚਲੇ ਜਾਏ ਤਾਂ ਤੇਰਾ ਕੋਈ ਨੁਕਸਾਨ ਨਹੀਂ ਹੋਊਗਾ ਇਹ ਖੁਦਾ ਅਸੀਂ ਹੁਣ ਇਸ ਚੀਜ਼ ਦੇ ਅੰਦਰ ਆ ਪਰ ਅਸੀਂ ਜਾਣਦੇ ਕਿ ਤੇਰਾ ਲਹੂ ਸਾਡੇ ਅੰਦਰ ਆ ਤੇ ਉਹ ਸਾਰੀਆਂ ਬੁਰੀਆਂ ਚੀਜ਼ਾਂ ਨੂੰ ਖਤਮ ਕਰਦਾ ਆ ਉਹ ਸਾਰੇ ਬੁਰੇ ਪ੍ਰਭਾਵ ਨੂੰ ਖਤਮ ਕਰਦਾ ਹੈ ਅ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਜਿਹੜੇ ਡਾਇਬੀਟਿਕ ਆ ਜਾਂ ਜਿਨ੍ਹਾਂ ਨੂੰ ਕਿਡਨੀਜ਼ ਦੀਆਂ ਪ੍ਰੋਬਲਮਸ ਆ ਜਾਂ ਜਿਹੜੀਆਂ ਲੌਂਗ ਟਾਈਮ ਚੱਲਣ ਵਾਲੀਆਂ ਪ੍ਰੋਬਲਮਸ ਆ ਉਹਨਾਂ ਦੇ ਨਾਲ ਉਹਨਾਂ ਦੇ ਲਈ ਇੱਕ ਸਪੈਸ਼ਲ ਪਲਾਨ ਜਿਹੜਾ ਆ ਉਹ ਬਣਾਇਆ ਗਿਆ ਆ ਔਰ ਪਲਾਨ ਇੰਨਾ ਸਹੀ ਨਹੀਂ ਆ ਸੱਚੀ ਮੈਂ ਕਹਿੰਨੀ ਕਈ ਵਾਰੀ ਬੰਦਾ ਕਿਹੋ ਜੀ ਪ੍ਰੋਬਲਮ ਦੇ ਵਿੱਚ ਹੁੰਦਾ ਨਾ ਕਿ ਉਹ ਕੁਝ ਜਾਣਦਾ ਹੈ ਉਹ ਤੁਹਾਨੂੰ ਦੱਸਣਾ ਚਾਹੁੰਦਾ ਪਰ ਦੱਸ ਹੀ ਨਹੀਂ ਪਾਉਂਦਾ ਪਰ ਮੈਨੂੰ ਪਤਾ ਹੈ ਕਿ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਗਾਈਡ ਕਰਦਾ ਯਾਰ ਤੁਸੀਂ ਬਹੁਤ ਅੱਛੀ ਤਰੀਕੇ ਨਾਲ ਅੰਡਰਸਟੈਂਡ ਕਰਦੇ ਹੋ ਉਹਨਾਂ ਚੀਜ਼ਾਂ ਨੂੰ ਸੋ ਮੈਂ ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਤੁਹਾਨੂੰ ਇੱਕ ਇੱਕ ਗੱਲ ਤੋਂ ਨਿੱਜੀ ਤੌਰ ਤੇ ਜਾਣੂ ਕਰਵਾਏ ਇੱਕ ਇੱਕ ਚੀਜ਼ ਤੋਂ ਪਰਮੇਸ਼ਵਰ ਤੁਹਾਨੂੰ ਨਿੱਜੀ ਤੌਰ ਤੇ ਚੜਾਇਆ ਉਹ ਤੁਸੀਂ ਜਾਣੂ ਹੋ ਜਾਓ ਇਸ ਲਈ बार-बार ਕਿਹਾ ਜਾਂਦਾ ਆ ਸਭ ਸਭ ਪਰਮੇਸ਼ਵਰ ਦੇ ਦਾਸਾਂ ਦਾਸੀਆਂ ਵੱਲੋਂ ਕਿ ਅਸੀਂ ਲਾਸਟ ਡੇਜ਼ ਦੇ ਵਿੱਚ ਚੱਲ ਰਹੇ ਕਿਉਂਕਿ ਲਾਸਟ ਡੇਜ਼ ਦੇ ਸਾਈਨ ਜਿਹੜੇ ਆ ਉਹ ਪੂਰੇ ਹੋ ਰਹੇ ਅਗਰ ਅਸੀਂ ਲਾਸਟ ਡੇਜ਼ ਦੇ ਵਿੱਚ ਆ ਸਾਨੂੰ ਪਤਾ ਹੀ ਨਹੀਂ ਆ ਸਾਡੇ ਨਾਲ ਕੀ ਹੋਣ ਵਾਲਾ ਆ ਕਿਉਂਕਿ ਸਾਡੀ ਡਾਈਟ ਦੇ ਵਿੱਚ ਕੋਈ ਹੋਰ ਡਾਈਟ ਮਿਕਸ ਹੋ ਗਈ ਆ ਸਾਡੀ ਡੋਜ਼ ਦੇ ਵਿੱਚ ਕੋਈ ਹੋਰ ਡੋਜ਼ ਮਿਕਸ ਹੋ ਗਈ ਆ ਸਾਡੀ ਹਵਾ ਦੇ ਵਿੱਚ ਕੋਈ ਹੋਰ ਹਵਾ ਮਿਕਸ ਹੋ ਗਈ ਆ ਤੁਸੀਂ ਬਸ ਸੁਣੀ ਜਾਣਾ ਓਕੇ ਧਿਆਨ ਦੇ ਨਾਲ ਤਾਂ ਅਗਰ ਇਹਨਾਂ ਸਬ ਚੀਜ਼ਾਂ ਦੇ ਵਿੱਚ ਕੋਈ ਤਰ੍ਹਾਂ ਦਾ ਪੋਲਿਊਸ਼ਨ ਹੁੰਦਾ ਆ ਜਹਾਜ਼ ਵੀ ਲੰਘ ਜਾਏ ਤਾਂ ਉਹਦੇ ਵਿੱਚੋਂ ਇੱਕ ਧੂਆ ਨਿਕਲਦਾ ਤੇ ਉਹ ਵੀ ਹਵਾ ਦੇ ਵਿੱਚ ਖਿੱਲਰ ਜਾਂਦਾ ਆ ਤੇ ਹੈ ਤੇ ਉਹ ਵੀ ਪੋਲਿਊਸ਼ਨ ਨਾ ਤੇ ਜੇ ਉਹ ਉਹਦੇ ਵਿੱਚ ਕੁਝ ਹੋਰ ਪੋਲਿਊਸ਼ਨ ਐਡ ਕਰ ਦਿੱਤਾ ਜਾਏ ਤੇ ਤੁਸੀਂ ਸੋਚੋ ਕਿੰਨੀ ਹਵਾ ਦੇ ਵਿੱਚ ਫੈਲ ਸਕਦਾ ਆ ਤਾਂ ਅਸੀਂ ਅਸੀਂ ਨਿਤ ਦਿਹਾੜੇ ਪੋਇਜ਼ਨ ਜਿਹੜਾ ਆ ਨਾ ਇਨਟੇਕ ਕਰ ਰਹੇ ਆ ਪੋਇਜ਼ਨ ਲੈ ਰਹੇ ਆ ਸਿਰਫ ਹੁਣ ਸਾਨੂੰ ਅਗਰ ਕੋਈ ਚੀਜ਼ ਬਚਾ ਸਕਦੀ ਆ ਉਹ ਆ ਪਰਮੇਸ਼ਵਰ ਦਾ ਬਚਨ ਸਿਰਫ ਪਰਮੇਸ਼ਵਰ ਦੀ ਦਇਆ ਸਾਨੂੰ ਬਚਾ ਸਕਦੀ ਆ ਸਿਰਫ ਸਾਨੂੰ ਪਰਮੇਸ਼ਵਰ ਦੀ ਕਿਰਪਾ ਬਚਾ ਸਕਦੀ ਸੱਚੀ ਆਉਣ ਵਾਲੇ 6 ਮਹੀਨੇ ਬਹੁਤ ਖਤਰਨਾਕ ਆ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਨ੍ਹਾਂ ਨਾਲ ਰੁੱਸੇ ਆ ਮੰਨ ਜੋ ਕਿਉਂਕਿ ਵਚਨ ਵਿੱਚ ਲਿਖਿਆ ਹੈ ਪਿਤਾ ਸਾਡੇ ਗੁਨਾਹ ਸਾਨੂੰ ਇਦਾਂ ਮਾਫ਼ ਕਰ ਜਿੱਦਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਇਹ ਨਾ ਹੋਏ ਕਿ ਤੁਸੀਂ ਕਿਸੇ ਨੂੰ ਮਾਫ਼ ਨਾ ਕਰੋ ਤੇ ਤੁਹਾਡੇ ਆਪਣੇ ਗੁਨਾਹ ਜਿਹੜੇ ਆ ਉਹ ਲੰਮਕਦੇ ਰਹਿ ਜਾਣ ਜ਼ਰੂਰੀ ਆ ਆਪਣੇ ਗੁਨਾਹ ਮਾਫ਼ ਕਰਵਾਉਣ ਦੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਮਾਫ਼ ਕਰ ਦਿਓ ਆਪਣੇ ਭੈਣਾਂ ਭਰਾਵਾਂ ਨੂੰ ਮਾਫ਼ ਕਰ ਦਿਓ ਆਪਣੇ ਆਂਡ ਗਵਾਂਡ ਨੂੰ ਮਾਫ਼ ਕਰ ਦਿਓ ਇਹ ਜ਼ਰੂਰੀ ਆ ਲਾਜ਼ਮੀ ਆ ਉਹ ਜੋ ਕਰਦੇ ਕਰੀ ਜਾਣ ਦੋ ਉਹਨਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦਿਓ ਕਿ اے ਪ੍ਰਭੂ ਤੁਸੀਂ ਇਹਨਾਂ ਦਾ ਨਿਆਂ ਕਰਨਾ ਹੈ ਸਾਡਾ ਵੀ ਤੁਸੀਂ ਕਰਨਾ ਹੈ ਤੇਰੇ ਬਚਨ ਦਾ ਕਰਕੇ ਅਸੀਂ ਇਹ ਸਭ ਕੁਝ ਕਰ ਰਹੇ ਆਂ ਅਰ ਸਾਨੂੰ ਹਿੰਮਤ ਦੇ ਸਾਨੂੰ ਤੌਫੀਕ ਬਖਸ਼ ਸਾਨੂੰ ਸਮਰਥ ਵੀ ਬਖਸ਼ ਕੇ ਅਸੀਂ ਅਕਲਮੰਦ ਵੀ ਹੋਈਏ ਤੇ ਅਸੀਂ ਅੰਦਰੋਂ ਸਟਰੋਂਗ ਵੀ ਹੋਈਏ ਕਿ ਅਸੀਂ ਸੱਚੀ ਉਹਨਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਨਾਲ ਰੋਂਗ ਕੀਤੀਆਂ ਅਸੀਂ ਉਹਨਾਂ ਨੂੰ ਭੁੱਲ ਸਕੀਏ ਇਹ ਨਾ ਹੋਏ ਕਿ ਸਭ ਚੀਜ਼ਾਂ ਹੋਰ-ਹੋਰ ਕਰਦੇ ਰਹਿ ਕੇ ਤੇ ਅਸੀਂ ਆਪਣੀ ਜਾਨ ਜਿਹੜੀ ਉਹ ਸਾਡੀ ਖਤਮ ਹੀ ਹੋ ਜਾਵੇ ਤੁਹਾਨੂੰ ਪਲੀਜ਼ ਵਰਡ ਆਫ ਗੋਡ ਦੇ ਵਿੱਚ ਆਜੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਆਜੋ ਪਰਮੇਸ਼ਵਰ ਦੇ ਵਚਨ ਦੇ ਉੱਤੇ ਚੱਲਣਾ ਸ਼ੁਰੂ ਕਰੋ ਤੁਸੀਂ ਇਹ ਘਮੰਡ ਨਾ ਕਰੋ ਕਿ ਮੈਂ ਵਰਸ਼ਿਪਰ ਹਾਂ ਤੁਸੀਂ ਇਹ ਕਮੰਡ ਨਾ ਕਰੋ ਮੈਂ ਇਵੈਂਜੇਲਿਸਟ ਆ ਤੁਸੀਂ ਇਹ ਕਮੰਡ ਨਾ ਕਰੋ ਮੈਂ ਪਾਸਟਰ ਆ ਤੁਸੀਂ ਇਹ ਕਮੰਡ ਨਾ ਕਰੋ ਕਿ ਮੈਂ ਮੇਰੇ ਕੋਲ ਭੁੱਖ ਬਾਣੀਆਂ ਹੁੰਦੀਆਂ ਆ ਸਾਰੇ ਕਮੰਡਕ ਮੁੰਡ ਛੱਡ ਦਿਓ ਆਪਣੀ ਆਪਣੀ ਜੌਬ ਵਫਾਦਾਰੀ ਦੇ ਨਾਲ ਕਰੋ ਜੇ ਕੋਈ ਗਾਉਂਦਾ ਆ ਤੇ ਪਰਮੇਸ਼ਵਰ ਲਈ ਗਾਵੇ ਵਚਨ ਚ ਲਿਖਿਆ ਤੁਸੀਂ ਜੋ ਵੀ ਕੰਮ ਕਰਦੇ ਆ ਪਰਮੇਸ਼ਵਰ ਦੇ ਲਈ ਕਰੋ ਜਿਹੜਾ ਕੋਈ ਗਾਉਂਦਾ ਆ ਨਾ ਉਹ ਪਾਸਟਰ ਲਈ ਨਹੀਂ ਗਾ ਰਿਹਾ ਜਿਹੜਾ ਕੋਈ ਗਾ ਰਿਹਾ ਆ ਉਹ ਪਬਲਿਕ ਲਈ ਨਹੀਂ ਗਾ ਰਿਹਾ ਜੇ ਗਾਉਣਾ ਆ ਤਾਂ ਪਰਮੇਸ਼ਵਰ ਲਈ ਗਾਓ ਜੇ ਕੋਈ ਪ੍ਰਚਾਰ ਕਰ ਰਿਹਾ ਹੈ ਨਾ ਤੇ ਉਹ ਇਸ ਉਹ ਪਬਲਿਕ ਦੇ ਵਿੱਚ ਆਪਣੇ ਨੰਬਰ ਬਣਾਉਣ ਲਈ ਨਾ ਕਰੇ। ਅਗਰ ਉਹ ਪ੍ਰਚਾਰ ਕਰ ਰਿਹਾ ਤੇ ਉਹ ਪਰਮੇਸ਼ਵਰ ਦੇ ਲਈ ਕਰੇ ਕਿ ਪਰਮੇਸ਼ਵਰ ਦਾ ਵਚਨ ਮੈਂ ਲੋਕਾਂ ਤੱਕ ਲੈ ਕੇ ਜਾ ਰਿਹਾ ਹਾਂ। ਅਗਰ ਕੋਈ ਨਬੂਅਤ ਕਰ ਰਿਹਾ ਨਾ ਉਹ ਇਸ ਲਈ ਨਾ ਕਰੇ ਕਿ ਲੋਕੀ ਮੇਰੀ ਪੂਜਾ ਕਰਨ ਕਿ ਇਹ ਨਬੀ ਆ। ਉਹ ਇਸ ਲਈ ਕਰੇ ਕਿ ਸੱਚਮੁੱਚ ਪਰਮੇਸ਼ਵਰ ਨੇ ਉਹਨੂੰ ਕੋਈ ਆਉਣ ਵਾਲੇ ਸਮੇਂ ਦਾ ਭੇਤ ਜ਼ਾਹਿਰ ਕੀਤਾ ਹੈ ਤੇ ਉਹ ਦੁਨੀਆ ਨੂੰ ਬਚਾਉਣ ਦੇ ਲਈ ਉਹ ਪਰਮੇਸ਼ਵਰ ਦੇ ਉਸ ਭੇਤ ਨੂੰ ਉਹਨਾਂ ਉੱਤੇ ਜ਼ਾਹਿਰ ਕਰ ਰਿਹਾ ਹੈ ਤਾਂ ਆਪਣੀਆਂ ਗਿਫਟਸ ਦਾ ਘਮੰਡ ਨਾ ਕਰੋ ਬਚਨ ਦੇ ਵਿੱਚ ਲਿਖਿਆ ਬਥੇਰੇ ਕਹਿਣਗੇ ਮੈਨੂੰ ਕਿ ਤੇਰੇ ਨਾਂ ਤੇ ਅਸੀਂ ਵੱਡੇ ਵੱਡੇ ਕੰਮ ਕੀਤੇ ਪਰ ਮੈਂ ਉਹਨਾਂ ਨੂੰ ਕੀ ਕਹਾਂਗਾ ਮੈਂ ਤੁਹਾਨੂੰ ਨਹੀਂ ਜਾਣਦਾ ਬਦਕਾਰੋ ਮੇਰੇ ਤੋਂ ਦੂਰ ਹੋ ਜਾਓ ਸਾਡਾ ਗੋਣਾ ਸਾਡਾ ਬਚਾਉਣਾ ਵਜਾਉਣਾ ਸਾਡਾ ਪ੍ਰਚਾਰ ਕਰਨਾ ਇਹ ਸਭ ਚੀਜ਼ਾਂ ਜਿਹੜੀਆਂ ਆ ਨਾ ਇਹ ਸਾਨੂੰ ਬਚਾ ਨਹੀਂ ਸਕਦੀਆਂ ਸਾਨੂੰ ਬਚਾ ਸਕਦੀ ਆ ਇੱਕੋ ਚੀਜ਼ ਕੀ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਸੀ ਕੀ ਅਸੀਂ ਸੱਚੀ ਤੋਬਾ ਕੀਤੀ ਸੀ ਕੀ ਸਾਡੀ ਪਰਸਨਲ ਰਿਲੇਸ਼ਨਸ਼ਿਪ ਜਿਹੜਾ ਸਾਡਾ ਨਿੱਜੀ ਰਿਸ਼ਤਾ ਆ ਉਹ ਪਰਮੇਸ਼ਵਰ ਦੇ ਨਾਲ ਠੀਕ ਸੀ ਜੀ ਅਸੀਂ ਬਹੁਤ ਬਹੁਤ ਲੰਗਰ ਲਾ ਦਈਏ ਜੀ ਅਸੀਂ ਬਹੁਤ ਲੋਕਾਂ ਨੂੰ ਦਾਨ ਵੀ ਦੇ ਦਈਏ ਆਪਣਾ ਸਭ ਕੁਝ ਵੇਚ ਕੇ ਵੀ ਅਸੀਂ ਲੋਕਾਂ ਦੇ ਵਿੱਚ ਵੰਡ ਦਈਏ ਪਰ ਸਾਡਾ ਦਿਲ ਕਾਲਾ ਹੋਵੇ ਅਸੀਂ ਆਪਣੇ ਗੁਨਾਹਗਾਰਾਂ ਨੂੰ ਮਾਫ ਨਾ ਕਰੀਏ ਅਸੀਂ ਫਿਰ ਵੀ ਵਿਤਕਰੇ ਕਰਦੇ ਰਹੀਏ ਅਸੀਂ ਅਗਰ ਸਾਰਾ ਕੁਝ ਵੰਡ ਵੀ ਦਿੱਤਾ ਪਰ ਵਿਵਚਾਰ ਕਰਨਾ ਨਹੀਂ ਛੱਡਿਆ ਕਿ ਪਰਮੇਸ਼ਰ ਸਾਨੂੰ ਮਾਫ ਕਰਨਗੇ ਕਿ ਅਸੀਂ ਸਵਰਗ ਨੂੰ ਜਾ ਸਕਾਂਗੇ ਕਈ ਲੋਕਾਂ ਨੂੰ ਬਹੁਤ ਘਮੰਡਿਆ ਕਿ ਮੈਂ ਦਾਨ ਬਹੁਤ ਕਰਦਾ ਹਾਂ ਦਾਨ ਕਰਨਾ ਬਹੁਤ अच्छी ਗੱਲ ਬਹੁਤ ਜਿਆਦਾ ਚੰਗੀ ਗੱਲ ਵਚਨ ਦੇ ਵਿੱਚ ਲਿਖਿਆ ਜਿਹੜਾ ਗਰੀਬ ਨੂੰ ਦਿੰਦਾ ਉਹ ਪਰਮੇਸ਼ਵਰ ਨੂੰ ਉਧਾਰ ਦਿੰਦਾ ਹੈ ਬਹੁਤ ਜ਼ਰੂਰੀ ਹੈ ਕਰਨਾ ਚਾਹੀਦਾ ਹੈ ਪਰ ਜੇ ਅਸੀਂ ਸਿਰਫ ਦਾਨ ਹੀ ਦਿੰਨੇ ਆ ਪਰ ਬਾਕੀ ਸਾਰੀਆਂ ਆਗਿਆਕਾਰੀਆਂ ਜਿਹੜੀਆਂ ਆ ਹੁਕਮ ਹੈ ਉਹਨਾਂ ਨੂੰ ਤੋੜ ਰਹੇ ਆ ਆਣ ਆਗਿਆਕਾਰੀ ਦੇ ਵਿੱਚ ਆ ਕੀ ਅਸੀਂ ਸਵਰਗ ਨੂੰ ਜਾ ਸਕਦੇ ਆ ਕੀ ਅਸੀਂ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਬਣ ਸਕਦੇ ਆ ਤਾਂ ਫਸਟ ਆਫ ਆਲ ਸਾਨੂੰ ਚਾਹੀਦਾ ਸੀ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਕਰੀਏ ਸੀ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੀਏ ਅਰੇ ਵਚਨ ਦੇ ਵਿੱਚ ਲਿਖਿਆ ਜਿਹੜੇ ਮੇਰੀ ਆਵਾਜ਼ ਨੂੰ ਸੁਣਨਗੇ ਉਹਦੀ ਆਗਿਆਕਾਰੀ ਕਰਨਗੇ ਜਿਹੜੇ ਹੁਕਮ ਮੈਂ ਤੁਹਾਨੂੰ ਅੱਜ ਦਿੰਨਾ ਆ ਇਹ ਸਭ ਦੀਆਂ ਸਭ ਬਰਕਤਾਂ